ਜਿੱਥੇ ਦੇਸ਼ ਵਿੱਚ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਰਨ ਨਾਲ ਦੇਸ਼ ਵਾਸੀਆਂ ਨੂੰ ਭਿਆਨਕ ਬਿਮਾਰੀਆਂ ਦੇ ਨਾਲ ਨਾਲ ਗੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਵੱਛ ਭਾਰਤ ਅਭਿਆਨ ਮਿਸ਼ਨ ਤਹਿਤ ਦੇਸ਼ ਅਤੇ ਪੰਜਾਬ ਅੰਦਰ ਗੰਦਗੀ ਨੂੰ ਦੂਰ ਕਰਨ ਲਈ ਵਧੇਰੇ ਉਪਰਾਲੇ ਕੀਤੇ ਜਾ ਰਹੇ ਹਨ। ਉੱਥੇ ਹੀ ਅੱਜ ਤਪਾ ਮੰਜੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੇ ਦੋ ਸਕੂਲੀ ਅਧਿਆਪਕਾਂ ਜਸਮੇਲ ਸਿੰਘ ਸਮਰਾ ਅਤੇ ਡਾਕਟਰ ਸੰਜੀਵ ਕੁਮਾਰ ਨੇ ਪਲਾਸਟਿਕ ਦੀ ਵਰਤੋਂ ਕਰਨ ਵਾਲੇ ਦੁਕਾਨਦਾਰਾਂ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਬੀੜਾ ਚੁੱਕਿਆ ਹੈ। ਦੋਵੇਂ ਮਾਸਟਰਾਂ ਡਾਕਟਰ ਸੰਜੀਵ ਕੁਮਾਰ ਅਤੇ ਮਾਸਟਰ ਜਸਮੇਲ ਸਿੰਘ ਸਮਰਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕੌਮੀ ਸੇਵਾ ਯੋਜਨਾ ਇਕਾਈ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਤਪਾ ਦੇ ਸਕੂਲੀ ਵਿਦਿਆਰਥੀਆਂ ਨੂੰ ਲੈ ਕੇ ਦੁਕਾਨਦਾਰਾਂ ਅਤੇ ਲੋਕਾਂ ਨੂੰ ਪਲਾਸਟਿਕ ਲਿਫਾਫਿਆਂ ਦੀ ਵਰਤੋਂ ਤੋਂ ਰੋਕਣ ਲਈ ਜਾਗਰੂਕ ਰੈਲੀ ਅਤੇ ਇੱਕ ਨਾਟਕ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਪਲਾਸਟਿਕ ਲਿਫਾਫੇ ਨਾਲ ਜਿੱਥੇ ਸਾਨੂੰ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਹੀ ਪਲਾਸਟਿਕ ਦੇ ਲਿਫਾਫੇ ਨਾਲੀਆਂ ਅਤੇ ਸੀਵਰੇਜ ਵਿੱਚ ਫਸ ਜਾਂਦੇ ਹਨ, ਜਿਸ ਨਾਲ ਗੰਦਗੀ ਫੈਲਦੀ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਕੇ ਕੱਪੜੇ ਦੇ ਝੋਲੇ ਹੀ ਬਾਜ਼ਾਰਾਂ ਵਿੱਚ ਲਿਆਉਣੇ ਚਾਹੀਦੇ ਹਨ, ਤਾਂ ਜੋ ਅਸੀਂ ਪੰਜਾਬ ਨੂੰ ਭਿਆਨਕ ਬਿਮਾਰੀਆਂ ਅਤੇ ਗੰਦਗੀ ਤੋਂ ਮੁਕਤ ਕਰ ਸਕੀਏ। ਇਸ ਮੌਕੇ ਸਕੂਲ ਮਾਸਟਰਾਂ ਨੇ ਦੁਕਾਨਦਾਰਾਂ ਅਤੇ ਗ੍ਰਾਹਕਾਂ ਨੂੰ ਕੱਪੜੇ ਤੇ ਝੋਲੇ ਵੀ ਵੰਡੇ। ਸਵੱਛ ਭਾਰਤ ਅਭਿਆਨ ਦੇ ਤਹਿਤ ਅਸੀਂ ਸਕੂਲ ਦੇ ਬੱਚਿਆਂ ਨੂੰ ਨਾਲ ਲੈ ਕੇ ਸਾਰੀ ਮੰਡੀ ਦੇ ਵਿੱਚ ਰੈਲੀ ਕੱਢੀ ਹੈ ਤਾਂ ਕਿ ਪਲਾਸਟਿਕ ਦੀ ਵਰਤੋਂ ਨੂੰ ਬਿਲਕੁਲ ਖਤਮ ਕੀਤਾ ਜਾਵੇ, ਕਿਉਂਕਿ ਪਲਾਸਟਿਕ ਤੋਂ ਬਹੁਤ ਸਾਰੀਆਂ ਜਿਵੇਂ ਸੀਵਰੇਜ ਦਾ ਬਲੋਕ ਹੋਣਾ, ਨਾਲੀਆਂ ਦਾ ਬਲੋਕ ਹੋਣਾ, ਉਸ ਤੋਂ ਬਾਅਦ ਉਹ ਗੰਦਾ ਪਾਣੀ ਜਿਹੜਾ ਗਲੀਆਂ ਦੇ ਵਿੱਚ ਖੜਦਾ, ਉਹ ਤੋਂ ਬਹੁਤ ਸਾਰੀਆਂ ਬਿਮਾਰੀਆਂ ਫੈਲਦੀਆਂ ਨੇ। ਅੱਜ NSS ਜੁੰਟ, ਜਿਸ ਦੀ ਅਗਵਾਈ ਡਾਕਟਰ ਸੰਜੀਵ ਜੀ ਕਰ ਰਹੇ ਨੇ, ਸਾਡੇ ਪ੍ਰੋਗਰਾਮ ਆਫਿਸਰ ਨੇ, ਇਹਨਾਂ ਦੀ ਕਮਾਂਡ ਅਧੀਨ ਅਸੀਂ ਸਕੂਲ ਦੇ ਬੱਚਿਆਂ ਨੂੰ ਨਾਲ ਲੈ ਕੇ, ਇਹ ਮਕਸਦ ਹੈ ਸਾਡਾ ਵੀ ਅਸੀਂ ਦੁਕਾਨਦਾਰਾਂ ਨਾਲ ਵੀ ਸੰਪਰਕ ਕਰਾਂਗੇ, ਉਹਨਾਂ ਨੂੰ ਬੇਨਤੀ ਕਰਾਂਗੇ ਕਿ ਗਾਹਕਾਂ ਨੂੰ ਉਹ ਪਲਾਸਟਿਕ ਦੇ ਲਿਫਾਫਿਆਂ ਦੇ ਵਿੱਚ ਕੋਈ ਵੀ ਰਾਸ਼ਨ ਸੌਦਾ ਨਾ ਦੇਣ, ਅਤੇ ਉਹਨਾਂ ਨੂੰ ਪ੍ਰੇਰਿਤ ਕਰਨ ਵੀ ਜਦੋਂ ਵੀ ਦੁਕਾਨ 'ਤੇ ਆਉਂਦੇ ਹੋ ਆਪਣੇ ਘਰੋਂ ਆਪਣਾ ਥੈਲਾ ਨਾਲ ਲੈ ਕੇ ਆਓ, ਤਾਂ ਅਸੀਂ ਤੁਹਾਨੂੰ ਰਾਸ਼ਨ ਜਾਂ ਸੌਦਾ ਦੇਵਾਂਗੇ। ਸਾਨੂੰ ਪੂਰਾ ਅੱਛਾ ਹੰਗਾਰਾ ਮਿਲ ਰਿਹਾ ਜੀ ਦੁਕਾਨਦਾਰ ਵੀਰਾਂ ਵੱਲੋਂ, ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਇਸ ਮਿਸ਼ਨ ਦੇ ਵਿੱਚ ਪੂਰਨ ਸਫਲ ਹੋਵਾਂਗੇ। ਜਿਹੜਾ ਜਾਗਰੂਕ ਰੈਲੀ ਹੈ, ਇਹ ਕੌਮੀ ਸੇਵਾ ਯੋਜਨਾ ਜਿਹੜੇ ਯੂਨਿਟ ਹੈ ਆਪਣਾ ਤਪਾ ਸਕੂਲ ਦਾ, ਉਹਦੇ ਵੱਲੋਂ ਅਗਵਾਈ ਜਿਹੜੀ ਹੈਗੀ ਹੈ ਪ੍ਰਿੰਸੀਪਲ ਮੈਡਮ ਕਰ ਰਹੇ ਨੇ, ਅਤੇ ਇਹ ਸਾਰਾ ਜਿਹੜਾ ਯੂਨਿਟ ਦਾ ਕੰਮ ਹੈਗਾ ਲੋਕਾਂ ਨੂੰ ਅਵੇਅਰ ਕਰਨਾ, ਤਾਂ ਕਿ ਜਿਹੜਾ ਪਲਾਸਟਿਕ ਦੇ ਜਿੰਨੇ ਵੀ ਡਿਸਪੋਜ਼ਲ ਨੇ, ਲਿਫਾਫੇ ਨੇ, ਉਹਨਾਂ ਨੂੰ ਬੰਦ ਕਰਕੇ ਝੋਲਿਆਂ ਦੀ ਵਰਤੋਂ ਕੀਤੀ ਜਾ ਸਕੇ। ਜਿਹੜਾ ਆਪਾਂ ਵਨ ਟਾਈਮ ਯੂਜ਼ ਕਰਦੇ ਹਾਂ ਪਲਾਸਟਿਕ, ਉਹਨੂੰ ਬੰਦ ਕੀਤਾ ਜਾਵੇ, ਤਾਂ ਕਿ ਜਿਹੜੇ ਆ ਕੈਂਸਰ ਵਰਗੀਆਂ ਬਿਮਾਰੀਆਂ ਨੇ ਜਾਂ ਬਲੋਕੇਜ ਹੋ ਜਾਂਦੀਆਂ ਨੇ, ਜਿੰਨੀ ਗੰਦਗੀ ਫੈਲਦੀ ਹੈ, ਉਹ ਸਾਰੀ ਦੀ ਸਾਰੀ ਖਤਮ ਕਰ ਸਕੀਏ। ਸਾਡੇ ਜਵਾਕ ਜਿਹੜੇ ਬੱਚੇ ਨੇ, ਵਲੰਟੀਅਰ ਨੇ, ਉਹ ਵੀ ਇਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਨੇ। ਸਾਨੂੰ ਮੰਡੀ ਵੱਲੋਂ, ਪੂਰੇ ਪ੍ਰੈਸ ਵੀਰਾਂ ਵੱਲੋਂ, ਸਾਰਿਆਂ ਵੱਲੋਂ ਪੂਰਾ ਮਤਲਬ ਕਿ ਸਹਿਯੋਗ ਮਿਲ ਰਿਹਾ, ਅਤੇ ਸਾਨੂੰ ਮਤਲਬ ਕਿ ਲੱਗਦਾ ਵੀ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਇਸ ਜਿਹੜਾ ਮਿਸ਼ਨ ਹੈ ਉਹਦੇ ਵਿੱਚ ਕਾਮਯਾਬ ਹੋਵਾਂਗੇ, ਅਤੇ ਤਪਾ ਮੰਡੀ ਦੇ ਵਿੱਚ ਜਿੰਨਾ ਵੀ ਪਲਾਸਟਿਕ ਯੂਜ਼ ਹੋ ਰਿਹਾ ਉਹਨੂੰ ਅਸੀਂ ਇਕੱਠਾ ਕਰਕੇ ਅਲੱਗ ਡਿਸਪੋਜ ਕਰਨ ਦੀ ਕੋਸ਼ਿਸ਼ ਵੀ ਕਰਾਂਗੇ, ਅਤੇ ਲੋਕਾਂ ਨੂੰ ਅਵੇਅਰ ਜਿਹੜਾ ਜਾਗਰੂਕ ਪੂਰਾ ਕਰਾਂਗੇ ਤਾਂ ਕਿ ਲੋਕ ਜਿਹੜਾ ਪਲਾਸਟਿਕ ਉਹਨੂੰ ਨਾ ਵਰਤ ਸਕੇ। ਨਿਊਜ਼ ਦੇ ਲਈ ਤਪਾ ਮੰਡੀ ਤੋਂ ਧਰਮਿੰਦਰ ਸਿੰਘ ਧਾਲੀਵਾਲ ਦੀ ਰਿਪੋਰਟ।